ਆ ਵੀ ਦੁੱਗਣੀ ਸਵਾਦ ਲੱਗਣੀ ਆ ਵਿਕਰਮ ਬੱਤਰਾ ਨੂੰ। ਸੈਫ ਕਾਰਗਿਲ ਰਹਿ ਗਿਆ 80 ਕਿਲੋਮੀਟਰ। ਲਓ ਜੀ ਇਹਦੀ ਰੋਟੀ ਆ ਚੁੱਕੀ ਆ। ਮੁੰਡੇ ਨੇ ਧਰ ਲਈ ਆ ਚਾਹ, ਸ਼੍ਰੀਨਗਰ ਟੱਪ ਕੇ ਉੱਥੇ ਕੋਲਡ ਡਰਿੰਕ ਸਾਨੂੰ 20 ਵਾਲੀ ਦੇਈ ਆ 15 ਦੀ। ਵੀ ਮਿੱਤਰੋ ਕਹਿੰਦੇ ਮੁੰਡੇ ਨੇ ਹੋ ਚੁੱਕੀ ਆ ਗੁੱਡ ਮਾਰਨਿੰਗ। ਚੈੱਕ ਕਰੋ ਰੁਕੋ ਬਾਹਰ ਦਾ ਵਿਊ ਚੈੱਕ ਕਰੋ ਤੁਸੀਂ ਪਹਿਲਾਂ। ਹਾਏ 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 ਕਹਿਰ ਬਾਬੇ, ਠੰਡ ਇੰਨੀ ਕੁ ਜ਼ਿਆਦਾ ਹੈ ਨਾ ਉਰੇ। ਹੁਣ ਧੁੱਪ ਨਿਕਲੀ ਆ, ਹੁਣ ਥੋੜ੍ਹਾ ਜਿਹਾ ਆਰਾਮ ਆਇਆ। ਚੈੱਕ ਕਰੋ ਚਾਰੇ ਪਾਸੇ ਵਿਊ, ਮਾਸ਼ਾਅੱਲਾ। ਥੱਲੇ ਵੀ ਟੈਂਟ ਲਏ ਆ, ਥੱਲੇ ਥੋੜ੍ਹੀ ਜ਼ਿਆਦਾ ਠੰਡ ਆ, ਥੱਲੇ ਵੀ ਬੈਠੇ ਆਪਣੇ ਪੰਜਾਬੀ ਬੰਦੇ। ਉਹ ਜਿਹੜਾ ਪਹਿਲੀ ਕੈਂਪ ਹੈ ਨਾ, ਇਹ ਇੱਥੇ ਮੋਗੇ ਦੇ ਬੰਦੇ ਬੈਠੇ ਆ। ਗੁੱਡ ਮੋਰਨਿੰਗ ਹੋ ਚੁੱਕੀ ਹੈ ਕਹਿੰਦੇ ਮੁੰਡੇ ਦੀ, ਗੁੱਡ ਮੋਰਨਿੰਗ। ਅਤੇ ਨਹੀਂ ਹੈਗੇ ਹਲੇ ਉੱਠੇ ਕੈਂਪ ਵਾਲੇ। ਹਾਂਜੀ ਉੱਠ ਗਏ, ਉੱਠ ਜਾਓ। ਹਾਂਜੀ ਕੁਝ ਬੰਦੇ ਆਪਣੀ ਨੀਂਦੀਆਂ ਪੂਰੀਆਂ ਕਰ ਰਹੇ ਨੇ। ਚੱਲ ਉੱਠ ਜਾਓ, ਉੱਠ ਜਾਓ, ਉੱਠ ਜਾਓ, ਉੱਠ ਜਾਓ, ਉੱਠ ਜਾਓ, ਕੋਈ ਨਹੀਂ। ਲਓ ਆਪਿਓ, ਆਪਾਂ ਆਏ ਹਾਂ ਦੁੱਧ ਲੈਣ, ਅਤੇ ਇੱਧਰ ਸਾਰਾ ਇਹ ਆਰਮੀ ਵਾਲਿਆਂ ਦਾ ਹੈ। ਇੱਥੇ ਲਿਖਿਆ ਹੋਇਆ ਸੋਨ ਮਾਰਗ ਇੰਡੀਅਨ ਆਰਮੀ ਵੈਲਕਮ ਯੂ। ਇੱਧਰਲੀ ਸਾਈਡ ਆਪਣਾ ਟੈਂਟ ਆ। ਲੱਸੀ ਲੁੱਸੀ ਲੈ ਕੇ ਹੁਣ ਆਪਾਂ, ਇੱਕ ਮੁੰਡਾ ਕਹਿੰਦਾ ਲੱਸੀ ਪੀਣੀ ਆ, ਅਤੇ ਫਿਰ ਆਪਾਂ ਦੁੱਧ ਵੀ ਲੈ ਕੇ ਜਾਂਦੇ ਹਾਂ, ਚਾਹ ਚੂਹ ਬਣਾਉਂਦੇ ਹਾਂ, ਹੈ ਨਾ। ਕਿਹੜੀ ਆ ਦੇਖੋ ਆਰਮੀ ਵਾਲਿਆਂ ਦਾ ਰੇਟ ਉਰੇ ਠੀਕ ਆ। ਪੈਟਰੋਲ ਡੀਜ਼ਲ ਡੂਜ਼ਲ ਤਾਂ ਕਮ ਸੇ ਕਮ ਮੈਨੂੰ ਲੱਗਦੀ ਆਪਣੇ ਨਾਲੋਂ ਘੱਟੇ ਆ। ਡੀਜ਼ਲ ਅਸੀਂ ਪਿੱਛੇ ਜੰਮੂ 'ਚ ਪਵਾਇਆ ਤਾਂ ਉੱਥੇ ਹੈਗਾ ਤਾਂ 86 ਪਾਵਰ ਵਾਲਾ, ਦੂਸਰਾ ਮਹਿੰਗਾ ਜਿਹੜਾ ਸਿੰਪਲ ਤਾਂ ਉਹ 90 ਦੇ ਕਰੀਬ ਤਾਂ, ਇਹ ਵਾਲਾ 86 ਆ। ਉਰੇ ਵੀ ਵੈਸੇ ਪਿੱਛੇ ਇੱਕ ਜਗ੍ਹਾ ਅਸੀਂ ਕੋਲਡ ਡਰਿੰਕ ਲਈ ਸੀਗੀ, ਆਹ ਸ਼੍ਰੀਨਗਰ ਟੱਪ ਕੇ ਉੱਥੇ ਕੋਲਡ ਡਰਿੰਕ ਸਾਨੂੰ 20 ਵਾਲੀ ਦੇਈ ਆ 15 ਦੀ। ਫਰਕ ਆ ਕਿਤੇ 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 ਕਿਤੇ, ਮਾੜਾ ਮੋਟਾ ਸਮਾਨ ਮਹਿੰਗਾ ਵੀ ਆ 5-10 ਰੁਪਏ, ਬਹੁਤਾ ਫਰਕ ਨਹੀਂ ਹੈ। ਠੀਕ ਆ, ਜਿਹਨੇ ਵੀ ਆਉਣਾ ਆਪਣਾ ਸਮਾਨ ਸਮੂਨ ਨਾਲ ਲੈ ਕੇ ਆਇਓ, ਬਹੁਤਾ ਮਾੜਾ ਮੋਟਾ ਲਿਆਇਓ, 1000-2000 ਦਾ ਖਾਣੇ ਪੀਣੇ ਵਾਲਾ, ਜ਼ਿਆਦਾ ਦੀ ਲੋੜ ਹੈ ਨਹੀਂ। ਚਲੋ ਹੁਣ ਆਪਾਂ ਸਮਾਨ ਲੈ ਲਈਏ, ਫਿਰ ਮਿਲਦੇ ਹਾਂ ਤੁਹਾਨੂੰ। ਕਰਕੇ ਆਏ ਥੋੜ੍ਹੇ ਸ਼ੋਰਟ ਜਿਹੇ ਲਏ ਆਪਾਂ ਨੇ ਗਿੰਬਲ ਨਾਲ, ਦੱਸਿਓ ਕਿਹੋ ਜਿਹੇ ਆ। ਇਸ ਤੋਂ ਪਹਿਲਾਂ ਦੇਖਣ ਨੂੰ ਮਿਲ ਜੂੰਗੇ। ਮੁੰਡੇ ਨੇ ਧਰ ਲਈ ਹੈ ਚਾਹ, ਕਰੋ ਚੈੱਕ। ਇੱਧਰ ਆਪਣੇ ਬਿਸਕੁਟ ਬਾਸਕੁਟ ਖਾਣੇ ਪੀਣੇ ਵਾਲੇ, ਲੇਜ਼ ਖਾ ਲਓ, ਕਰੋ ਚੈੱਕ। ਅੱਜ ਦੇ ਵਲੋਗ 'ਚ ਤੁਹਾਨੂੰ ਸਾਰੇ ਪਾਸੇ ਬਸ ਵਿਊ ਏ ਵਿਊ ਦਿਖਣਾ, ਬਰਫ ਵਿਊ। ਆਪਾਂ ਨੇ ਸਮਾਨ ਹੁਣ ਦੋ ਤਰ੍ਹਾਂ ਸੈੱਟ ਕਰਤਾ, ਜਿੱਥੇ ਵੀ ਰੁਕਦੇ ਹਰੇਕ ਵਾਰੀ ਸਮਾਨ ਸੈੱਟ ਕਰਦੇ ਹਾਂ, ਕਦੀ ਕਿਸੇ ਤਰ੍ਹਾਂ ਕਦੀ ਕਿਸੇ ਤਰ੍ਹਾਂ। ਮੈਂ ਹੁਣ ਟੈਂਟ ਚੱਕਣਾ, ਆਪਾਂ ਨੇ ਚਾਹ ਪੀ ਕੇ ਹੋ ਜਾਈਏ ਮਾੜੇ ਜਿਹੇ ਕਰੜੇ ਜੇ। ਬਸ ਹੁਣ ਟੈਂਟ ਟੁੰਟ ਚਾ ਕੇ ਸਾਨੂੰ ਚਾਹ ਪੀ ਕੇ ਫਿਰ ਮਿਲਦੇ ਹਾਂ ਆਪਾਂ, ਠੀਕ ਆ। ਦੇਖਦੇ ਹਾਂ ਅੱਗੇ, ਹੁਣ ਆਪਾਂ ਨੇ ਜਾਣਾ ਕਾਰਗਿਲ। ਅਸੀਂ ਇਕੱਲੇ ਪਰਮਿਟ ਲਿਆ 5 ਤਰੀਕ ਦਾ, ਮਤਲਬ ਕੱਲ੍ਹ ਦਾ। ਉਹ ਉਰੇ ਕਹਿੰਦੇ ਇੱਥੇ ਸੋਨਮਾਰਗ ਦੇ ਅੱਗੇ ਵੀ ਕਹਿੰਦੇ ਚੈੱਕ ਪੋਸਟ ਹੈ ਕਿ ਜੇ ਉੱਥੇ ਦੇ ਜਾਣ ਦੇ ਤਾਂ ਚਲੇ ਜਾਵਾਂਗੇ, ਨਹੀਂ ਤਾਂ ਫਿਰ ਮੁਸ਼ਕਲ, ਅੱਜ ਫਿਰ ਵੀ ਜਾਊਂਗੇ ਨਹੀਂ। ਚਲੋ ਅੱਗੇ ਮਿਲਦੇ ਹਾਂ।
ਟੈਂਟ ਚੱਕ ਦਿੱਤਾ ਅਤੇ ਇਹਨਾਂ ਨੇ ਆਪਣਾ ਸਮਾਨ ਸਮੂਨ ਚਾਹ ਚੂਹ ਬਣਾਈ ਆ, ਮੈਂ ਇਕੱਲੇ ਨੇ ਚੱਕਿਆ ਟੈਂਕ ਤਾਂ ਆਪਣੀ ਚਾਹ ਰਹਿ ਗਈ। ਕਰੋ ਚੈੱਕ, ਓ ਹੋ ਹੋ ਚਾਹ ਵੀ ਦੁੱਗਣੀ ਸਵਾਦ ਲੱਗਣੀ ਆ ਦੇਖੋ ਤਾਂ। ਚਲੋ ਹੁਣ ਚਾਹ ਚੂਹ ਪੀ ਲਈਏ, ਥੋੜ੍ਹਾ ਜਿਹਾ ਸਮਾਨ ਰਹਿ ਗਿਆ ਕਰਕੇ ਲੋਟ ਮੁੰਡੇ ਨੇ ਖਿੱਚ ਦੇਣੀ ਗੱਡੀ ਕਾਰ ਗਿੱਲੋਂ, ਬਾਕੀ ਹੁਣ ਚੈੱਕ ਪੋਸਟ ਪਰ ਜਾ ਕੇ ਪਤਾ ਲੱਗੂ ਵੀ ਜਾਣ ਦਿੰਦੇ ਕਿ ਨਹੀਂ ਦਿੰਦੇ। ਚਲੋ ਚਾਹ ਚੂਹ ਪੀ ਲਈਏ। ਆ ਰਿਹਾ ਟੈਂਟ, ਲੋ ਆਪਣੇ ਆਪਣੇ ਸਮਾਨ ਸਾਰਾ ਚੱਕ ਲਿਆ, ਹੁਣ ਆਪਾਂ ਚੱਲੇ ਹਾਂ ਅੱਗੇ ਕਾਰਗਿੱਲ ਨੂੰ, ਚੈੱਕ ਪੋਸਟ ਆਪਾਂ ਦੇਖੀਏ ਹੁਣ ਕਿਆ ਬਣਦਾ। ਸਮਾਨ ਆਪਾਂ ਨੇ ਸਾਰਾ ਟੋਪੋ ਟੋਪ ਕਰਤਾ, ਦੇਖੋ ਪਿੱਛੇ ਇਹਨੂੰ ਸੈੱਟ ਕਰਤਿਆ, ਬਸ ਹੁਣ ਲੱਗੇ ਹਾਂ ਤੁਰਨ 2 ਮਿੰਟ ਤੱਕ। ਹੁਣ ਆਪਾਂ ਤੁਹਾਨੂੰ ਜੇ ਚੈੱਕ ਪੋਸਟ ਆਈ ਤਾਂ ਉੱਥੇ ਮਿਲਦੇ ਹਾਂ। ਬਸ ਆਪਾਂ ਨੇ ਕੁੜਤੇ ਹੁਣ ਲੈਣੀ ਆ ਪਾਣੀ ਪੂਣੀ ਦੀ ਬੋਤਲ, ਠੀਕ ਆ। ਇੱਥੇ ਰੁਕੇ ਆਪਾਂ, ਵਿਊ ਚੈੱਕ ਕਰੋ, ਆਈ ਲਵ ਜੁਜੀਲਾ ਪਾਸ, ਕਰੋ ਚੈੱਕ ਵਿਊ, ਨਜ਼ਾਰਾ ਹੈ ਬਾਬੇ ਪੂਰਾ। 1 ਮਿੰਟ ਰੁਕੋ, ਜੂਮ ਕਰਨ ਦੋ, ਫੋਟੋਆਂ ਆਡੋ ਖਿੱਚ ਲਈ, ਕਰੋ ਰੀਲ ਬਣਾਈਏ। ਘੈਂਟ ਜੀ ਵਿਊ, ਬੜਾ ਘੈਂਟ ਆ ਰਿਹਾ ਪਿੱਛੇ। ਚੈੱਕ ਵਿਊ ਬਾਬੇ, ਆਪਾਂ ਨੇ ਇਹ ਲੈਣੀ ਆ, ਇਹ ਕਿਸ਼ਤੀ ਜੀ ਕਿਆ ਕਹਿੰਦੇ ਆ ਬਾਈ ਇਹਨੂੰ, ਆਪਾਂ ਸਨੋ ਬਾਈਕ ਕਹਿੰਦੇ ਇਹਨੂੰ ਬਾਬੇ। ਉਹ ਕਰੋ ਚੈੱਕ, ਇਹ ਲੈ ਕੇ ਜਾਣੀ ਆਪਾਂ ਨੇ ਹੁਣ। ਇੱਕ ਗੱਡੀ ਹੋਰ ਮਿਲ ਗਈ ਆਪਾਂ ਨੂੰ, ਇਹ ਥਾਰ ਇਹ ਆਪਣੇ ਲਾਗ ਦੀ ਆ ਬੰਦੇ, ਇਹ ਦੇਖਦੇ ਹੁਣ ਇਹ ਲੈਣੇ ਆਪਾਂ। ਚਲੋ ਖੜ ਕੇ ਮਿਲਦੇ ਆ। ਕਰੋ ਚੈੱਕ, ਆ ਬੰਦੇ ਨੇ ਬਣਾਈਆਂ ਆਪਣੀਆਂ ਵੀਡੀਓ। ਗਿੰਬਲ ਨਾਲ ਗਿੰਬਲ ਆਪਣੇ ਕੋਲ ਵੀ ਹੈਗਾ ਪਰ ਆਪਾਂ ਨੂੰ ਚਲਾਉਣਾ ਨਹੀਂ ਆਉਂਦਾ ਹੈਗਾ, ਠੀਕ ਆ। ਬੰਦਾ ਬੜਾ ਗੁੱਡਾ, ਇਹਦਾ ਮੈਂ ਨੰਬਰ ਪਾ ਦੂੰਗਾ ਜੇ ਕੋਈ ਉਰੇ ਆਇਆ। ਕਿਹੜੀ ਜਗ੍ਹਾ ਇਹ? 0.0 ਆ ਸੋਨਮਾਰਗ। ਆ ਬੰਦੇ ਨੂੰ ਨੰਬਰ ਦਊਂਗਾ, ਜ਼ਰੂਰ ਵੀਡੀਓ ਬਣਾਇਓ, ਬਾਕੀ ਤੁਸੀਂ ਰੀਲਾਂ ਮੈਂ ਜ਼ਰੂਰ ਦੇਖਿਓ ਮੇਰੀ ਆਈ ਡੀ ਪਰ ਜਾ ਕੇ। ਇੱਕ ਬੰਦਾ ਉਹ ਚਲੇ ਗਿਆ, ਬਾਕੀ ਆਪਣੇ ਬੰਦੇ ਗੱਡੀ 'ਚ ਆ, ਅਤੇ ਹੁਣ ਆਪਾਂ ਉਰੇ ਰੀਲਾਂ ਰੂਲਾਂ ਬਣਾ ਲਈਆਂ, ਐਨ ਬਰਫ਼ 'ਚ ਖੇਲ ਕੂਦ ਲਏ, ਸਾਰਾ ਕੁਛ ਕਰ ਲਿਆ। ਹੁਣ ਆਪਾਂ ਚੱਲੇ ਹਾਂ ਅੱਗੇ ਨੂੰ, ਉਰੇ ਹੁਣ ਅੱਗੇ ਮਤਲਬ ਕਾਰਗਿਲ ਕਿੰਨਾ ਰਹਿ ਗਿਆ ਬਾਈ? ਹਾਂ, ਕਾਰਗਿਲ ਰਹਿ ਗਿਆ 80 ਕਿਲੋਮੀਟਰ। ਹੁਣ ਆਪਾਂ ਤੁਹਾਨੂੰ ਅੱਗੇ ਕਿਤੇ ਜੇ ਆਪਾਂ ਰੁਕੇ, ਵੈਸੇ ਤਾਂ ਮੈਨੂੰ ਲੱਗਦੀ ਆਪਾਂ ਨੇ ਰੁਕਣਾ ਹੈ ਨਹੀਂ, ਸ਼ਾਇਦ ਅਸੀਂ ਚਾਹ ਜਾਂ ਮੈਗੀ ਵਾਸਤੇ ਰੁਕੋਂਗੇ। ਸਾਨੂੰ ਇੱਕ ਗੱਡੀ ਹੋਰ ਮਿਲ ਗਈ ਸਾਡੇ ਇੱਧਰ ਫਤਿਹਗੜ੍ਹ ਜ਼ਿਲ੍ਹੇ ਦੀ, ਉਹਨਾਂ ਨਾਲ ਆਪਾਂ ਜ਼ਰੂਰ ਰੁਕਾਂਗੇ ਅਤੇ ਆਪਾਂ ਬਣਾਵਾਂਗੇ ਚਾਹ ਅਤੇ ਮੈਗੀ। ਹੁਣ ਆਪਾਂ ਤੁਹਾਨੂੰ ਗੱਡੀ 'ਚ ਜਾ ਕੇ ਮਿਲਦਾ, ਸਮਾਨ ਵੀ ਸੈੱਟ ਕਰਨਾ। ਲਓ ਬਾਬੇ ਮੁੰਡੇ ਨੇ ਬਣਾ ਲਈਏ ਚਾਹ ਐਂਡ ਭੁਰਜੀ, ਇਹ ਬਾਈ ਮਿਲੇ ਆਪਾਂ ਨੂੰ ਫਤਿਹਗੜ੍ਹ ਸਾਹਿਬ ਦੇ। ਨਾਮ ਤਾਂ ਦੱਸੋ ਬਾਈ ਆਪਣਾ ਆਪਣਾ। ਮੇਰਾ ਨਾਮ ਹੈਗਾ ਫਿਰ ਮਨਜੋਤ ਸਿੰਘ ਚੀਮਾ। ਮੇਰਾ ਨਾਮ ਹੈ ਬਾਈ ਗੁਰਤੇਜ ਸਿੰਘ। ਹਾਂਜੀ ਹਾਂਜੀ ਬਾਈ, ਠੀਕ ਹੈ। ਚਲੋ ਚੈੱਕ, ਗੱਡੀਆਂ ਐਨ 2 ਹੋ ਗਈਆਂ, ਹੁਣ ਹੋਰ ਸਵਾਦ ਆਉਣਾ ਹੈ। ਬੰਦੇ ਆਪਾਂ ਨੂੰ ਆਪਣੇ ਇਲਾਕੇ ਦੀ ਮਿਲ ਗਏ, ਜਾਣਦੇ ਵੀ ਆ। ਵਿਊ ਚੈੱਕ ਕਰੋ, ਮਾਸ਼ਾਅੱਲਾ ਇਹ ਕਿਆਮਤ ਆ। ਚਲੋ ਹੁਣ
ਆਜੋ ਵਿਲੀਏ ਫਿਰ ਹੁਣ ਤੁਹਾਨੂੰ ਤੁਰ ਕੇ ਹੀ ਮਿਲਦੇ ਆ। ਸਮਾਨ ਸਮੂਨ ਆਪਾਂ ਨੇ ਕਰ ਲਿਆ ਸੈੱਟ ਸਾਰਾ। ਕਹਿੰਦੇ ਜਿੱਥੇ ਆਪਣਾ ਮੈਮਰੀ ਬਣਾਈ ਹੋਈ ਹੈ ਇਹ ਕਾਰਗਿਲ ਵਾਰ ਵਾਲੀ, ਉਹ ਦੇਖਦੇ ਹਾਂ ਆਪਾਂ ਹੁਣ। ਇਹ ਵੀ ਚੀਜ਼ ਦੇਖਣ ਵਾਲੀ ਉਰੇ, ਚੈੱਕ ਕਰੋ ਉਹ ਦੇਖੋ, ਠੰਡ ਵਾਲੀ ਆ ਉਰੇ। ਮੈਂ ਤਾਂ ਜੈਕਟ ਪਾਈ ਹੋਈ ਆ, ਇਹ ਪਤੰਦਰਾਂ ਨੇ ਨਹੀਂ ਪਾਈ ਹੈਗੀ। ਆਪਾਂ ਅੰਦਰ ਚੱਲਦੇ ਹਾਂ, ਹੁਣ ਤੁਹਾਨੂੰ ਦਿਖਾਉਂਦੇ ਹਾਂ ਵੀਰੇ ਕਿਆ ਕਿਆ ਚੀਜ਼ ਆ। ਅਤੇ ਇੱਧਰ ਦੇਖੋ ਬਾਬੇ, ਆਪਾਂ ਨੇ ਜਿੱਥੇ ਜਾਣਾ ਨਾ ਉਰੇ, ਉਹਨੂੰ ਕਾਰਗਿਲ, ਕਾਰਗਿਲ ਲੈ ਗਿਆ ਆਪਣਾ ਉੱਤੇ 50 ਕਿਲੋਮੀਟਰ ਉੱਤੇ ਪੈ ਰਿਹਾ ਪੂਰਾ ਜ਼ੋਰਾਂ ਸ਼ੋਰਾਂ ਨਾਲ ਮੀਂਹ। ਚਲੋ ਹੁਣ ਆਪਾਂ ਅੰਦਰ ਜਾ ਕੇ ਦਿਖਾਉਂਦੇ ਹਾਂ ਤੁਹਾਨੂੰ, ਜੇ ਅਲਾਓ ਹੋਇਆ। ਵੈਸੇ ਤਾਂ ਅਲਾਊਡ ਹੋਊਗਾ ਉੱਥੇ ਵੀਡੀਓਗ੍ਰਾਫੀ ਕਰਨੀ, ਚਲੋ ਬਾਕੀ ਦੇਖਦੇ ਹਾਂ। ਲਓ ਜੀ, ਇਹ ਹੈਗਾ ਉਹਦੇ ਗੇਟ, ਉਹਦੇ ਐਂਟਰੀ ਹੁੰਦੀ ਆ ਕਾਰਗਿਲ ਵਾਰ ਮੈਮੋਰੀਅਲ। ਉਹ ਆਪਣੇ ਨਾਲ ਦੇ ਬੰਦੇ ਵੀ ਖੜ੍ਹੇ ਆ, ਠੀਕ ਆ। ਚੰਗਾ ਪੈ ਗਿਆ ਉਰੇ, ਕਹਿੰਦੇ ਚੱਪਲਾਂ 'ਚ ਨਹੀਂ ਜਾ ਸਕਦੇ, ਸਲੀਪਰਾਂ 'ਚ ਜਾ ਸਕਦੇ ਹਾਂ। ਹੁਣ ਚੱਲੇ ਅਸੀਂ ਬੂਟ ਪਾਉਣ, ਪੜ੍ਹ ਲਿਓ ਬਹੁਤ ਠੀਕ ਆ। ਆਪਾਂ ਸਿਰਫ ਉਹਨੂੰ ਜਾਣਦੇ ਕੈਪਟਨ ਵਿਕਰਮ ਬੱਤਰਾ ਨੂੰ, ਜਿਹਦੀ ਆਪਾਂ ਨੇ ਮੂਵੀ ਦੇਖੀ ਹੋਈ ਆ ਸ਼ੇਰ ਸ਼ਾਹ। ਤੁਸੀਂ ਵੀ ਜ਼ਰੂਰ ਦੇਖਿਓ, ਬਾਹਲੀ ਸਰਾ ਮੂਵੀ ਆ। ਬੂਟ ਪਾ ਲਈਏ ਸੀ, ਚਲੋ ਹੁਣ ਬੂਟ ਆਪਾਂ ਨੇ ਪਾ ਲਏ, ਹੁਣ ਚੱਲਦੇ ਹਾਂ, ਹੁਣ ਤੁਹਾਨੂੰ ਆਪਾਂ ਸਿੱਧਾ ਗੇਟ 'ਤੇ ਮਿਲਦੇ ਹਾਂ। ਲਓ ਜੀ, ਇਹਦਾ ਗੇਟ ਆ, ਠੀਕ ਆ। ਸਾਰਾ ਦਿਖਾਉਂਦੇ ਹਾਂ ਤੁਹਾਨੂੰ ਅੰਦਰ ਦੇ, ਘੁੰਮ ਕੇ ਬਣੇ ਰਹੋ ਬਸ। ਉਰੇ ਸਿਰਫ ਬੂਟ ਅਲਾਊਡ ਆ, ਇੱਕ ਸਲੀਪਰ ਅਲਾਊਡ ਆ, ਚੱਪਲਾਂ ਅਲਾਊਡ ਨਹੀਂ ਹੈਗੀਆਂ। ਲਓ ਜੀ, ਆਪਾਂ ਆ ਗਏ ਅੰਦਰ। ਉਹ ਦੇਖੋ 1147, ਅਤੇ ਇੱਧਰ ਇਹ ਇੱਕ ਜਹਾਜ਼ ਖੜ੍ਹਾ, ਇਹਦਾ ਵੀ ਕੋਈ ਨਾ ਕੋਈ ਇਤਿਹਾਸ ਹੋਣਾ। ਜਿਹੜੀਆਂ ਬਹੁਤੀਆਂ ਚੀਜ਼ਾਂ ਇਹ ਪੁਰਾਣੀਆਂ ਹੋ ਜਾਂਦੀਆਂ ਨਾ, ਉਹਨੂੰ ਫਿਰ ਇਹ ਇੱਦਾਂ ਮਿਊਜ਼ੀਅਮ 'ਚ ਲਾ ਦਿੰਦੇ ਆ। ਇੱਕੋ ਤੋਪ ਵੀ ਖੜ੍ਹੀ, ਉਹ ਵੀ ਦਿਖਾਉਂਦਾ ਤੁਹਾਨੂੰ ਕੋਲ ਜਾ ਕੇ। ਬਾਕੀ ਉਰੇ ਮੂਰਤੀਆਂ ਲੱਗੀਆਂ ਹੋਈਆਂ ਦੇਖੋ, ਕੈਪਟਨ ਪਸ਼ੂਨ ਨੀਅਰ, ਸਭ ਦਾ ਆਪਣਾ ਆਪਣਾ ਇਤਿਹਾਸ ਆ। ਅਤੇ ਆਹ ਦੇਖੋ ਤੋਪ, ਇੱਧਰ ਉਹ ਸਾਰੇ ਉਹਨਾਂ ਦੀਆਂ ਜਿਹੜੇ ਸ਼ਹੀਦ ਹੋਏ ਆ ਫੌਜੀ, ਉਹਨਾਂ ਦੀਆਂ ਕਬਰਾਂ ਬਣਾਈਆਂ ਹੋਈਆਂ, ਮਤਲਬ ਕਬਰਾਂ ਟਾਈਪ, ਮਤਲਬ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਹੋਈ ਆ। ਇਹ ਦੇਖੋ ਕੈਪਟਨ ਵਿਕਰਮ ਬੱਤਰਾ, ਬੜਾ ਸਾਰਾ ਕੇ ਖੜੀ ਆ ਤੋਪ ਛੋਟੀ ਇੱਕ ਰਹੀ। ਜਿਹੜਾ ਵੀ ਹੁੰਦਾ ਜ਼ਰੂਰ ਉਰੇ ਆ ਕੇ ਜਾਵੇ ਇੱਕ ਵਾਰੀ, ਜ਼ਰੂਰ ਸ਼ਰਧਾਂਜਲੀ ਹੋ ਜਾਂਦੀ ਆ ਸ਼ਹੀਦਾਂ ਨੂੰ। ਚਲੋ ਹੁਣ ਇੱਕ ਅੱਧੀ ਫੋਟੋ ਵਗੈਰਾ ਕਲਿੱਕ ਕਰਵਾ ਲਈਏ, ਠੀਕ ਆ। ਫਿਰ ਹੁਣ ਤੁਹਾਨੂੰ ਸਿੱਧਾ ਗੱਡੀ 'ਚ ਮਿਲਦੇ ਆਪਾਂ ਜਾ ਕੇ। ਹੈ ਹਾਂ, ਆਧਾਰ ਕਾਰਡ ਉਹਨੇ ਦੇਖਿਆ ਉੱਥੇ ਹੈਗੀ ਆ। ਓਪਰੇਸ਼ਨ ਵਿਜੇ, ਓਪੀ ਵਿਜੇ, ਇਹਦੇ ਪਰ ਵੀ ਸ਼ਾਇਦ ਫਿਲਮ ਬਣੀ ਹੋਈ ਆ, ਅਮਰ ਜਵਾਨ। ਓਪੀ ਵਿਜੇ, ਉੱਧਰ ਆਪਣੇ ਮੈਡਲ ਮੂਡਲ ਰੱਖੇ ਹੋਏ ਆ ਸਾਰਿਆਂ ਦੇ, ਠੀਕ ਆ। ਚਲੋ ਇੱਕ ਅੱਧੀ ਫੋਟੋ ਵਗੈਰਾ ਖਿੱਚ ਲਈਏ, ਅਤੇ ਉੱਥੇ ਵਿਊ ਵੀ ਬੜਾ ਘੈਂਟ ਆ ਰਿਹਾ, ਸ਼ਾਇਦ ਅੱਗੇ ਤੋਂ ਉੱਥੇ ਬਰਫ਼ ਪੈਂਦੀ ਹੋਵੇ। ਚਲੋ ਹੁਣ ਬਾਹਰ ਜਾ ਕੇ ਮਿਲਦੇ ਹਾਂ, ਫੋਟੋ ਵਗੈਰਾ ਖਿੱਚ ਲਈਏ। ਉਹ ਆਪਿਓ ਦੇਖ ਲਿਆ ਤੁਸੀਂ ਕਿਹੋ ਜਿਹਾ ਮਾਹੌਲ ਅੰਦਰ, ਆਪਾਂ ਹੁਣ ਬੈਠਣ ਲੱਗੇ ਮੂਹਰੇ। ਇਹ ਬਾੜਦੇ ਆਪਾਂ ਨੇ ਪਿੱਛੇ ਨਿੰਮ ਨੇ ਬੱਚੇ,
ਆਪ ਲਾਉਣਾ ਪੈਂਦਾ ਇਹ ਇੱਕ ਬੰਦੇ ਨੂੰ ਉਤਰ ਕੇ ਨਾ ਆਹ ਚੱਕ ਆਪ ਫਿੱਟ ਕਰਨਾ ਪੈਂਦਾ ਜੀ 11 ਮਿੰਟ ਦੇਖੀ ਆਦਮਾ ਚਲੋ ਜੀ ਹੁਣ ਆਪਾਂ ਤੁਹਾਨੂੰ ਮਿਲਦੇ ਹਾਂ ਕਿੱਥੇ ਮਿਲਦੇ ਹਾਂ ਕਾਰਗਿਲ ਜਾ ਕੇ ਕਾਰਗਿਲ ਜਾ ਕੇ ਮਿਲਦੇ ਹਾਂ ਚੰਗਾ ਹਾਂਜੀ ਕਾਰਗਿਲ ਜਾ ਕੇ ਮਿਲਦੇ ਹਾਂ ਹੁਣ ਤੁਹਾਨੂੰ ਚੈੱਕ ਸੇਬਾਂ ਦੇ ਦਰਖਤ ਆਏ ਆ ਸੇਬ ਤਾਂ ਇਹਨਾਂ ਨੂੰ ਹੈ ਨਹੀਂ ਹੁਣ ਇਹ ਸੁੱਕ ਸੱਕ ਕੇ ਝੜ ਗਏ ਤੋੜ ਲਏ ਮਤਲਬ ਇਹਨੂੰ ਠੰਡ ਤਾਂ ਮੰਨ ਲੈ 365 ਦਿਨ ਪਈ ਜਾਂਦੀ ਉਹਦੇ ਸੇਬ ਕਾਤੇ ਫਿਰ ਐਂ ਵੀ ਹਟ ਜਾਂਦੇ ਲੱਗਣੇ ਤੇ ਯਾਰ ਲੈ ਹੱਦਾਂ ਮੇਰੀ ਯਾਰ ਤੇ ਜਮਾਂ ਟੁੱਟ ਗਿਆ ਲਾ ਕਾਟ ਕੇ ਆਪਣੇ ਮੌਸਮ ਨੂੰ ਲੱਗੂੰਗਾ ਰਾਵੀ ਹੈ ਇੱਕ ਵਾਰੀ ਟੁੱਟ ਗਿਆ ਇੱਕ ਵਾਰੀ ਪੂਰਾ ਝੜ ਕੇ ਲੱਗੂੰਗੇ ਦੁਬਾਰੇ ਠੀਕ ਆ ਸਹੀ ਆ ਦਰਖਤ ਦੇਖੋ ਫਿੱਕੇ ਫਿੱਕੇ ਜੇ ਆ ਦਰਖਤ ਫਿੱਕਲੇ ਫਿੱਕਲੇ ਜੇ ਚਲੋ ਹੁਣ ਆਪਾਂ ਤੁਹਾਨੂੰ ਸਿੱਧਾ ਸ਼੍ਰੀਨਗਰ ਮਿਲਣਾ ਨਾ ਹਾਂ ਸ਼੍ਰੀਨਗਰ ਕਹਿ ਹੋ ਗਿਆ ਕਾਰਗਿਲ ਮਿਲ ਹੋਣਾ ਆਪਾਂ ਨੂੰ ਮਿਲਿਆ ਜਵਾਕ ਨਾਮ ਦੱਸੋ ਆਪਣਾ ਆਪਣਾ ਮੇਰਾ ਨਾਮ ਸੁਸਕਾਰ ਅਲੀ ਹੈ ਠੀਕ ਹੈ ਆਪਕਾ ਆਇਆ ਨਾ ਬਸ ਆਪਕਾ ਮੁਸਤਫਾ ਅਲੀ ਇਹ ਤਾਂ ਮੁੰਡਾ ਸਕੂਲ ਤੇ ਆਇਆ ਪੜ੍ਹਨੇ ਵਾਲਾ ਮੁੰਡਾ ਇਹ ਦੋਨੇ ਖਰਾਬ ਆ ਬੰਦੇ ਚਲੋ ਠੀਕ ਆ ਓਕੇ ਬਾਏ 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 ਥੈਂਕ ਯੂ ਉਰੇ ਤੇਲ ਹੈਗਾ ਆਪਣਾ 85 ਰੁਪਏ ਨੂੰ ਆ ਬਾਬੇ ਡੀਜ਼ਲ ਚਲੋ ਕਾਰਗਿਲ ਰਹਿ ਗਿਆ ਆਪਣਾ 4 ਕਿਲੋਮੀਟਰ ਜਾ ਕੇ ਮਿਲ ਲਿਆ ਹੁਣ ਤੁਹਾਨੂੰ ਉੱਥੇ ਆਪਾਂ ਲੋ ਬਾਬੇ ਗੱਡੀ ਆਪਾਂ ਨੇ ਲਾਦੀ ਪਾਰਕਿੰਗ 'ਚ ਰੂਮ ਹੁਣ ਜਾ ਪਏ ਆਪਾਂ ਦੇਖਣ ਲੱਗੀਆਂ ਜਾ ਕੇ ਕਿਹੋ ਜਿਹਾ ਚੱਲਦੇ ਆ ਜੋ ਇੱਕ ਹੋਰ ਬਾਈ ਮਿਲ ਗਿਆ ਆਪਾਂ ਨੂੰ ਚੰਡੀਗੜ੍ਹ ਦੇ ਫੈਮਿਲੀ ਆ ਇਹ ਬਾਕੀ ਆਪਾਂ ਹੁਣ ਪਹੁੰਚ ਗਏ ਕਾਰਗਿਲ 'ਚ ਬਾਜ਼ਾਰ ਦਿਖਾਈਏ ਹੁਣ ਮਤਲਬ ਕਾਰਗਿਲ ਦਾ ਕਰੋ ਚੈੱਕ ਬਜ਼ਾਰ ਕਾਰਗਿਲ ਦਾ ਅੱਜ ਉਰੇ ਆਪਾਂ ਖਾਵਾਂਗੇ ਰੋਟੀ ਚਲੋ ਹੁਣ ਆਪਾਂ ਰੂਮ ਦੇਖੀ ਜਾ ਕੇ ਕਰੋ ਚੈੱਕ ਫਿਰ ਦਰਵਾਜ਼ਾ ਕਿੱਧਰ ਨੂੰ ਖੁੱਲ੍ਹਣਾ ਹੈ ਹੋਰ ਉੱਪਰ ਜਾਣਾ ਪੈਣਾ ਰੂਮ ਤਾਂ ਵਧੀਆ ਲੱਗਦੇ ਬਣਾਏ ਵੀ ਬਾਕੀ ਦੇਖੋ ਹੁਣ ਕਿਹੋ ਜਿਹੇ ਆ ਸ਼ਾਇਦ ਹਾਂ ਇਹੀ ਆ ਰੂਮ ਕਰੋ ਚੈੱਕ ਰੂਮ ਓਕੇ ਆ ਸਰਾ ਰੂਮ ਐਨ ਓਕੇ ਦੀਆਂ ਰਿਪੋਰਟਾਂ ਨੇ ਬਾਬਿਓ ਸਾਏ ਬਹੁਤ ਚੜ੍ਹਦਾ ਉਰੇ ਤਾਂ ਦੋ ਮੰਜ਼ਿਲਾਂ ਚੜ੍ਹ ਕੇ ਆਏ ਸਾਏ ਇੱਦਾਂ ਹੋਇਆ ਪਿਆ ਇਹ ਵੀ ਦੇਖ ਲਓ ਕੋਈ ਚੱਕਰ ਨਹੀਂ ਹੁਣ ਚਲੋ ਹੁਣ ਥੱਲੇ ਚੱਲਦੇ ਹਾਂ ਹੋਟਲ 'ਚ ਠੀਕ ਆ ਖਾਣੇ ਪੀਣੇ ਨੂੰ ਦੇਖੀਏ ਕੁਛ ਫਿਰਦੇ ਆ ਮੁੰਡੇ ਕਹਿੰਦੇ ਕਿਹੜਾ ਇਹ ਕਾਰਗਿਲ ਦੀਆਂ ਗਲੀਆਂ 'ਚ ਅਤੇ
ਕਰੋ ਚੈੱਕ ਪੁਲ, ਕਰੋ ਚੈੱਕ ਪਾਣੀ ਦਾ ਫਲੋ। ਇੱਧਰ ਵੀ ਦੇਖੋ ਉਰੇ ਦਾ ਆਪਣਾ, ਮੈਂ ਕਹਿੰਦਾ ਅੱਧਾ ਘੰਟਾ ਪਹਿਲਾਂ ਉਰੇ ਮੌਸਮ ਇੰਨਾ ਜ਼ਿਆਦਾ ਖਰਾਬ ਤਾ ਨਾ, ਹਨੇਰੀ ਝੱਖੜ ਆਇਆ ਪਿਆ ਤਾ, ਹੁਣ ਦੇਖੋ ਧੁੱਪ ਧੁੱਪ ਹੈ ਧੁੱਪ। ਇਹ ਸਾਲੇ ਕੰਬਲ ਚ ਵੜ ਕੇ ਪੈ ਗਏ, ਮਹਾ ਚਲੋ ਬਾਹਰ ਧੁੱਪ ਨਿਕਲੀ ਪਈ ਆ। ਹੋਰ ਚਲੋ ਹੁਣ ਆਪਾਂ ਨੇ ਰੋਟੀ ਦਾ ਆਰਡਰ ਦਿਆ ਵਾ, ਹੋਟਲ ਵਧੀਆ, ਹੋਟਲ ਦੇ ਪਿੱਛੇ ਕੋਈ ਕਮੀ ਨੀ ਹੈਗੀ। ਕੋਈ ਕਮੈਂਟ ਸੈਫਰਾਜ਼ ਅਲੀ, ਓਕੇ ਕਿੰਨੇ ਸਾਲ ਕੇ ਹੋ ਤੁਮ? ਐਲ ਕੇ ਜੀ। ਫਾਈਵ ਕੀ ਸਿਕਸ ਕੀ ਸੈਵਨ ਏਜ ਆਪਕੀ ਪਤਾ ਹੈ ਆਪਕੋ? ਪਤਾ ਨਹੀਂ। ਸਕੂਲ ਜਾਤੇ ਹੋ? ਸਕੂਲ ਕਾ ਕੇ ਨਾਮ ਹੈ ਪਤਾ ਹੈ? ਓਕੇ ਯਹੀ ਪਰ ਕਾਰਗਿਲ ਮੇਂ ਹੀ ਹੈ? ਅੱਛਾ ਯਹੀ ਹੈ ਸਕੂਲ, ਓਕੇ ਸੈਫਰਾਜ਼ ਅਲੀ ਬਾਏ, ਹੈਲੋ ਕਰ ਲਓ ਬਾਏ, ਨਾਈਸ ਟੂ ਮੀਟ ਯੂ ਬਾਏ। ਦੇਖੋ ਅਬਿਓ ਕਾਰਗਿਲ ਦਾ ਮਿੰਨੀ ਮੋਲ, ਸਭ ਕੁਛ ਅਵੇਲੇਬਲ ਆ। ਦਹੀਂ ਲੈ ਲਈਏ, ਦਹੀਂ ਲੈਣਾ ਆ ਦਹੀਂ। ਲਓ ਜੀ ਇਹ ਫੈਮਿਲੀ ਆਈ ਸੀਗੀ ਆਪਣੇ ਨਾਲ ਚੰਡੀਗੜ੍ਹ ਤੋਂ, ਇਹਦੇ ਜਵਾਕ ਹੈਲੋ ਹਾਉ ਆਰ ਯੂ? ਆਈ ਐਮ ਫਾਈਨ। ਨੇਮ? ਮਾਈ ਨੇਮ ਇਜ਼ ਆਦਿਤਿਆ। ਸਿਧਾਰਥ ਆਦਿਤਿਆ, ਓਕੇ। ਆਪਕਾ? ਆਸ਼ਿਤਾ। ਹੈਲੋ, ਓਕੇ। ਇਹ ਸਾਡੇ ਵਾਲੇ ਹੋਟਲ 'ਚ ਰਹਿ ਰਹੇ ਆ ਵੀ। ਲਓ ਜੀ ਇਹਦੇ ਰੋਟੀ ਆ ਚੁੱਕੀ ਆ, ਕਿਆ ਬਾਤ ਆ ਜੀ, ਵਾਓ ਵਾਓ, ਕਿਆ ਕਿਆ ਇਹ। ਸਾਹ ਚੜ ਗਿਆ ਯਾਰ, ਚਲੋ ਰੋਟੀ ਖਾ ਲਈਏ, ਰੋਟੀ ਖਾ ਕੇ ਫਿਰ ਆਪਾਂ ਉਹਨੇ ਕਰਨਾ ਹੁਣ ਆਪਣਾ ਅਗਲਾ ਵਲੋਗ ਡਿਟ, ਤੇ ਇਹਨੂੰ ਕਰ ਦੇਣਾ ਆਪਾਂ ਨੇ ਐਂਡ, ਠੀਕ ਆ। ਲਓ ਵੀ ਮਿੱਤਰੋ, ਕਹਿੰਦੇ ਮੁੰਡਿਆਂ ਨੇ ਰੋਟੀ ਛਕ ਲਿੱਤੀ ਆ, ਦੋ ਟਾਈਮ ਦੀ ਰੋਟੀ ਦੀ ਰੁਮਾਲੀ ਵੀ ਇਹ ਵੀ ਦੀ ਆਪਣੀ, ਜਿਹੜੀ ਆਪਣੇ ਸਿੰਪਲ ਘਰਾਂ 'ਚ ਬਣਦੀ ਉਹ ਰੋਟੀ ਦੀ ਰੋਟੀ ਖਾਧੀ ਅਸੀਂ ਹੁਣ ਦੋ ਤਿੰਨ ਕੁ ਦਿਨ ਬਾਅਦ। ਇੱਕ ਆਪਣੇ ਕੋਲ ਮੰਗਵਾਇਆ ਹੋਇਆ ਆਪਾਂ ਨੇ ਸ਼ਾਹੀ ਪਨੀਰ ਸੀਗੀ ਦਾਲ, ਹੁਣ ਥੱਲੇ ਆਪਾਂ ਨੇ ਕੱਪੜੇ ਲੈ ਕੇ ਆਉਣਾ ਗੱਡੀ 'ਚੋਂ ਕੱਢ ਕੇ, ਬਸ ਫਿਰ ਆਪਾਂ ਹੁਣ ਵਿਹਲੇ ਕਮਰੇ 'ਚ ਜਾਵਾਂਗੇ। ਉਹ ਬੜੇ ਮੁੰਡੇ ਨੇ ਕਹਿੰਦੇ ਚਾਹ ਚੂਹ ਪੀ ਲਈ ਆ, ਠੀਕ ਆ, ਭਾਂਡੇ ਉਹ ਲੈ ਗਏ ਨੀਗੇ ਚੱਕ ਕੇ, ਅਤੇ ਮੈਂ ਪੈਣਾ ਥੱਲੇ ਤਿੰਨੇ ਬੈੱਡ 'ਤੇ। ਆਪਾਂ ਲੱਗਿਆ ਹੁਣ ਵਲੋਗ ਦਾ ਕਰਨ ਐਂਡ, ਟਾਈਮ ਹੋ ਗਿਆ ਉਰੇ 7:30। ਇੱਕ ਵਾਰ ਤੁਹਾਨੂੰ ਬਾਹਰ ਦਾ ਮਾਹੌਲ ਜ਼ਰੂਰ ਦਿਖਾਉਂਦੇ ਆਪਾਂ, 7:30 ਵਾਲਾ ਵੈਸੇ ਉਰੇ ਟਾਈਮ ਲੱਗਦਾ ਨਹੀਂ ਹੈਗਾ, ਵੈਸੇ 7:30 ਹੋ ਗਿਆ ਹੋਊਗੀ। ਦੇਖੋ ਉਹ ਚੱਕੋ, ਬਹੁਤਾ ਨਹੀਂ ਦਿਖਣਾ ਹੈਗਾ, ਚਾਨਣਾ ਪਿਆ ਮਤਲਬ ਹਲੇ ਜ਼ਿਆਦਾ ਉਹ ਨਹੀਂ ਹੈਗਾ। ਚਲੋ ਹੁਣ ਆਪਾਂ ਕਰਦੇ ਹਾਂ ਵਲੋਗ ਦਾ ਆਪਾਂ ਉਰੇ ਐਂਡ, ਹੁਣ ਆਪਾਂ ਤੁਹਾਨੂੰ ਮਿਲਦੇ ਹਾਂ ਇਸੀ ਕਮਰੇ 'ਚ ਕਰ ਲਏ ਵਲੋਗ 'ਚ, ਉੱਠਦੇ ਆਪਾਂ ਨਹਾ ਧੋ ਕੇ, ਗੀਜ਼ਰ ਗੂਜ਼ਰ ਲੱਗਿਆ ਵੈ, ਉੱਥੇ ਨਹਾ ਕੇ ਆਪਾਂ ਹੁਣ ਜਾਊਂਗੇ ਸਿੱਧਾ ਲੱਦਾਖ, ਵਿੱਚ ਦੇਖੂੰਗੇ ਖਾਣੇ ਪੀਣੇ ਰੁਕੂੰਗੇ, ਬਾਕੀ ਆਪਾਂ ਇਹਨਾਂ ਦੇ ਸਵੇਰੇ ਹੀ ਬ੍ਰੇਕਫਾਸਟ ਕਰਕੇ ਜਾਣਾ, ਪਰੌਂਠੇ ਪਰੌਂਠੇ ਖਾ ਕੇ ਜਾਵਾਂਗੇ ਆਪਾਂ ਇਹਨਾਂ, ਠੀਕ ਆ ਬਾਬੇ। ਰੂਮ ਹੈਗਾ ਆਪਣਾ 110, ਆਉਣਾ ਹੋਇਆ ਕਿਸੇ ਨੇ ਦੱਸ ਦਿਓ, ਬਾਈ ਦਾ ਆਪਾਂ ਨੰਬਰ ਜ਼ਰੂਰ ਪਾ ਦਾਂਗੇ। ਉਰੇ ਰੂਮ ਬੜਾ ਵਧੀਆ ਹੈ, ਪਰ ਉਰੇ ਇੱਕ ਗੱਲ ਆ, ਅਸੀਂ ਤਿੰਨ ਰੂਮਾਂ 'ਚ ਗਏ ਹਾਂ, ਤਿੰਨਾਂ 'ਚ ਸਾਨੂੰ ਲਾਈਟ ਨਹੀਂ ਮਿਲੀ ਹੈਗੀ। ਜੰਮੂ ਗਏ ਉੱਥੇ ਵੀ ਨਹੀਂ ਲਾਈਟ ਮਿਲੀ, ਸ਼੍ਰੀਨਗਰ ਗਏ ਉੱਥੇ ਵੀ ਨਹੀਂ ਲਾਈਟ ਮਿਲੀ ਹੈਗੀ, ਠੀਕ ਆ। ਆਪਾਂ ਵਲੋਗ ਦਾ ਹੁਣ ਆਪਾਂ ਕਰਦੇ ਹਾਂ ਐਂਡ, ਹੁਣ ਆਪਾਂ ਤੁਹਾਨੂੰ ਮਿਲਦੇ ਹਾਂ ਕੱਲ੍ਹ ਨੂੰ ਇਸੀ ਕਮਰੇ 'ਚ, ਤੀਜਾ ਚੌਥਾ ਪੰਜਵਾਂ ਪਾਰਟ ਹੋਊਗਾ ਸ਼ਾਇਦ ਇਹ, ਅਤੇ ਆਪਣਾ ਲਦਾਖ ਹੈਗਾ ਉੱਥੇ 220 ਕਿਲੋਮੀਟਰ,
ਚੰਗਾ ਸਬਸਕ੍ਰਾਈਬ ਕਰ ਦਿਓ, ਲਾਈਕ ਕਰ ਦਿਓ, ਸ਼ੇਅਰ ਕਰ ਦਿਓ, ਕਮੈਂਟ ਵੀ ਕਰ ਦਿਓ। ਚੰਗਾ ਬਾਏ, ਸਬਸਕ੍ਰਾਈਬ ਜ਼ਰੂਰ ਕਰ ਦਿਓ। ਚੰਗਾ।